ਸਰੀ RCMP ਦੇ ਸੁਪਰਡੈਂਟ ਰੈਂਕ ਦੇ ਕਮਿਊਨਿਟੀ ਸਰਵਿਸਿਜ਼ ਅਫਸਰ ਸ਼ਰਨਜੀਤ ਗਿੱਲ ਨੂੰ ਤਰੱਕੀ ਦੇ ਕੇ ਚੀਫ ਸੁਪਰਡੈਂਟ ਬਣਾਇਆ ਗਿਆ ਹੈ ਅਤੇ ਹੁਣ ਉਹ ਸਾਰੀ RCMP ਦੇ ਸੀਨੀਅਰ ਆਪਰੇਸ਼ਨ ਅਫਸਰ ਬਣ ਗਏ ਨੇ। ਸ਼ਾਨ ਗਿੱਲ ਨੂੰ ਪੁਲਿਸ ਵਿੱਚ 31 ਸਾਲ ਦਾ ਵਿਸ਼ਾਲ ਤਜਰਬਾ ਹੈ ਅਤੇ ਉਹ ਇਨਵੈਸਟੀਗੇਸ਼ਨ ਕ੍ਰਾਈਮ ਆਈ ਹਿੱਟ ਅਤੇ ਇਨਸਿਟ ਟੀਮਾਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਨੇ। ਉਹਨਾਂ ਨੂੰ ਸਤੰਬਰ 2015 ਵਿੱਚ ਸਰੀ RCMP ਵਿੱਚ ਇੰਸਪੈਕਟਰ ਦਾ ਤਰੱਕੀ ਦੇ ਕੇ ਸੁਪਰਡੈਂਟ ਬਣਾਇਆ ਗਿਆ ਸੀ ਅਤੇ ਕਮਿਊਨਿਟੀ ਸਰਵਿਸਿਜ਼ ਅਫਸਰ ਦਾ ਕਾਰਜ ਸੰਭ ਗਿਆ ਸੀ। ਪੰਜਾਬ 'ਚ ਮੋਗਾ ਜ਼ਿਲ੍ਹੇ ਦੇ ਪਿੰਡ ਰਾਜਿਆਂ ਦੇ ਜੰਪਲ ਸ਼ਾਨ ਗਿੱਲ ਠੇਠ ਪੰਜਾਬੀ ਬੋਲਦੇ ਨੇ। ਉਹ ਪਿਛਲੇ 3 ਦਹਾਕਿਆਂ ਤੋਂ ਆਪਣੇ ਪਰਿਵਾਰ ਦੇ ਨਾਲ ਸਰੀ ਵਿੱਚ ਰਹਿ ਰਹੇ ਨੇ। ਆਪਣੀ ਛੁੱਟੀ ਦੇ ਸਮੇਂ ਉਹ ਇੱਕ ਵਲੰਟੀਅਰ ਅਤੇ ਇੱਕ ਸਹਾਇਕ ਕੋਚ ਦੇ ਤੌਰ 'ਤੇ ਸਥਾਨਕ ਮਾਈਨਰ ਹਾਕੀ, ਬੇਸਬਾਲ ਅਤੇ ਫੁੱਟਬਾਲ ਐਸੋਸੀਏਸ਼ਨ ਨਾਲ ਕਾਰਜਸ਼ੀਲ ਰਹਿੰਦੇ ਨੇ। ਬਿਊਰੋ ਰਿਪੋਰਟ, ਆਵਾਜ਼ ਕਮ TV।